ਹਾਂਜੀ ਕਿਦਾਂ ਸਾਰੇ ਤੇ ਵੀਡੀਓ ਆਜੀ ਇੱਕ ਤੇ ਸ਼ੇਅਰ ਕਰਿਓ ਸਾਰੇ ਪਾਸੇ ਮੈਂ ਉਹੀ ਕਹਿਣਾ ਹੁੰਨਾ ਵੀ ਆਪਣੇ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਦੇ ਤੁਹਾਡੇ ਰਿਸ਼ਤੇਦਾਰਾਂ ਦੇ ਘਰੇ ਨਿਆਣਿਆਂ ਸਾਰਿਆਂ ਨੂੰ ਦੱਸੋ ਹਿੰਦੀ 'ਚ ਸਵਾਲ ਲਾਈਕ ਕਰੋ ਨਿਆਣਿਆਂ ਦੇ ਕੰਮ ਦੀਆਂ ਗੱਲਾਂ ਉਹਨਾਂ ਦੇ ਫਿਊਚਰ 'ਚ ਕੰਮ ਆਉਣੀਆਂ ਕਿਸੇ ਨਾ ਕਿਸੇ ਤਰ੍ਹਾਂ ਤੇ ਸ਼ੁਰੂ ਕਰਦੇ ਆਂ ਜੀ ਹਿਮ ਸਾਗਰ ਐਕਸਪ੍ਰੈਸ ਨਾਲ ਰਿਲੇਟ ਗੱਲ ਆ ਕੱਲ 3 ਅਕਤੂਬਰ 'ਸੀ ਇਸ ਦਿਨ ਇਹਦੀ ਸ਼ੁਰੂਆਤ ਹੋਈ ਸੀ ਉਸ ਨਾਲ ਰਿਲੇਟ ਇੱਕ ਗੱਲ ਤੇ ਇਹਦਾ ਤਾਥਿਆ ਦੇਖੋ ਜੀ ਭਾਰਤ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਟ੍ਰੇਨ ਚੱਲਦੀ ਹੈ ਜੀ ਜੰਮੂ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਪਰ ਇਹ ਟ੍ਰੇਨ ਭਾਰਤ ਚ ਤੀਜੇ ਨੰਬਰ ਤੇ ਆ ਦੂਰੀ ਦੇ ਹਿਸਾਬ ਨਾਲ ਤੇ ਸਮੇਂ ਦੇ ਹਿਸਾਬ ਨਾਲ 3800 ਕਿਲੋਮੀਟਰ ਟ੍ਰੇਨ ਇਹ ਚੱਲਦੀ ਆ ਭਾਰਤ ਚ ਤੇ 72 ਘੰਟੇ 3 ਦਿਨ ਲੱਗਦੇ ਇਹਦੇ ਜੰਮੂ ਤੋਂ ਕਨਿਆ ਕੁਮਾਰੀ ਭਾਰਤ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪਹੁੰਚਣ ਲਈ 3 ਦਿਨ ਲੱਗਦੇ ਆ 73 ਸਟੇਸ਼ਨ ਆਉਂਦੇ ਆ ਤੇ 12 14 ਸਟੇਟ ਇਹ ਪਾਰ ਕਰਦੀ ਆ ਇਦੀ ਸਭ ਤੋਂ ਜ਼ਿਆਦਾ ਸਪੀਡ ਕਿਲਾ ਰਾਏਪੁਰ ਕੋਲ ਹੁੰਦੀ ਆ ਤੇ ਸਭ ਤੋਂ ਘੱਟ ਸਪੀਡ ਇਦੀ ਹੁੰਦੀ ਆ ਪਤਾ ਨਹੀਂ ਕਿਹੜਾ ਸ਼ਹਿਰ ਸੀ ਸੌਰੀ ਭੁੱਲ ਗਿਆ ਹਨਾ ਤੇ ਮਤਲਬ ਪਈ ਭਾਰਤ ਦੇ ਇੱਕ ਸਿਰੇ ਦੂਏ ਸਿਰੇ ਟ੍ਰੇਨ ਪਰ ਤਾਂ ਵੀ ਇਹ ਤੀਜੇ ਨੰਬਰ ਤੇ ਆ ਭਾਰਤਾ ਚ ਮਤਲਬ ਦੂਰੀ ਤੇ ਸਮੇਂ ਦੇ ਮਾਮਲੇ ਚ ਹਨਾ ਤੇ ਮਤਲਬ ਆਪ ਇਹ ਲੈਣ ਦੀ 72 ਘੰਟੇ 82 ਘੰਟੇ ਵਾਲੀ ਟ੍ਰੇਨ ਭਾਰਤ ਚ ਪਹਿਲੇ ਨੰਬਰ ਤੇ ਆ ਤੇ ਇਦਾਂ ਇਹਨਾਂ ਟ੍ਰੇਨਾਂ ਬਾਰੇ ਉਹ ਤੱਥ ਮੈਂ ਦੱਸੂੰਗਾ ਦੋਕ ਦਿਨ ਤੱਕ ਉੱਚ ਸਾਰਾ ਸ਼ਾਮਿਲ ਕਰੂੰਗਾ ਉਹ ਟ੍ਰੇਨ ਇਧਰੋਂ ਇਧਰ ਨੂੰ ਆਉਂਦੀ ਆ ਤੁਹਾਡਾ ਦੂਰੀ ਤੇ ਸਮਾਂ ਉਹਦਾ ਕਿੰਨਾ ਜ਼ਿਆਦਾ ਹੋ ਗਿਆ ਇੱਦਾਂ ਭਾਰਤ ਦੇ ਇੱਕ ਸਿਰੇ ਦੂਜੇ ਸਿਰੇ 23 ਤੋਂ ਵੱਧ ਸਮਾਂ ਦੋ ਟ੍ਰੇਨਾਂ ਹੋਰ ਕਿਉਂ ਲੈਂਦੀਆਂ ਇਹ ਹੈਗੀ ਹਿਮਸਾਗਰ ਐਕਸਪ੍ਰੈਸ ਤੇ ਜਿਹੜੀ ਵਿਵੇਕ ਐਕਸਪ੍ਰੈਸ ਹੈ ਸੁਆਮੀ ਵਿਵੇਕਾਨੰਦ ਜੀ ਦੇ ਨਾਂ ਤੇ ਤੇ ਉਹ ਜ਼ਿਆਦਾ ਸਮਾਂ ਤੇ ਦੂਰੀ ਕਿੰਦਾ ਲੈਂਦੀ ਆ ਉਹਦੇ ਬਾਰੇ ਤੱਥ ਪੇਸ਼ ਕਰਾਂਗੇ ਤੇ ਇਹ ਆ ਜੀ ਹਿਮਸਾਗਰ ਤੁਸੀਂ ਦੇਖ ਸਕਦੇ ਆ ਸਾਰਾ ਸਟੇਸ਼ਨ ਦੱਸਿਓ ਆ ਕਿੱਥੇ ਕਿੱਥੇ ਰੁਕਦੀ ਆ ਤੇ ਤਿੰਨ ਦਿਨ ਲੱਗਦੇ ਇਹਦੇ ਪਹੁੰਚਣ ਨੂੰ ਹਨਾ ਤੇ ਕਰੂੰਗਾ ਉਹਦਾ ਵੀ ਹਨਾ ਭਾਰਤ ਚ ਕਿਹੜੀਆਂ ਟ੍ਰੇਨਾਂ ਸਭ ਤੋਂ ਜ਼ਿਆਦਾ ਦੂਰੀ ਵਾਲੀਆਂ ਸਮੇਂ ਵਾਲੀਆਂ ਸਾਰਾ ਦੱਸਾਂਗੇ ਹਨਾ ਤੇ ਬਸ ਤੁਹਾਡਾ ਕੰਮ ਕੁਛ ਨਹੀਂ ਤੁਸੀਂ ਸ਼ੇਅਰ ਹੀ ਕਰਨੀਆਂ ਤੇ ਆਪਣੇ ਰਿਸ਼ਤੇਦਾਰਾਂ ਦੇ ਜਦੋਂ ਕਿਸੇ ਦੇ ਜਾਣਾ ਰਿਸ਼ਤੇਦਾਰਾਂ ਦੇ ਅੱਗੇ ਤਾਂ ਮਠਿਆਈ ਲੈ ਕੇ ਜਾਂਦੇ ਸੀ ਹੁਣ ਜਦੋਂ ਰਿਸ਼ਤੇਦਾਰਾਂ ਨਾਲ ਮਿਲਣਾ ਬਹਿਣਾ ਉਹਨਾਂ ਨੂੰ ਦੱਸਣਾ ਵੀ ਲਿਆਓ ਜੀ ਫੋਨ ਫੜਾਓ ਇੱਧਰ ਆਪਣਾ ਤੇ ਹਿੰਦੀ ਦੇ ਸਵਾਲ ਤੁਸੀਂ ਕਟੱਕ ਦੇਣੀ ਲਾਈਕ ਕਰ ਦੇਣਾ ਉਹਨਾਂ ਦੇ ਫੋਨ ਤੋਂ ਤੇ ਦੇਖਿਓ ਜੀ ਤੇ ਅੱਗੇ ਆ ਜਾਓ 4 ਅਕਤੂਬਰ 1957 ਨੂੰ ਰਸ਼ੀਆ ਨੇ ਦੁਨੀਆ ਦਾ ਪਹਿਲਾ ਆਰਟੀਫੀਸ਼ੀਅਲ ਸੈਟਲਾਈਟ ਛੱਡਿਆ ਸੀ ਸਪੁਤਨਿਕ 1 ਸਪੁਤਨਿਕ 1 ਨੂੰ ਕਿਹਾ ਜਾਂਦਾ ਕਿਉਂਕਿ ਵਰਲਡ ਵਾਰ 2 'ਚ ਤਾਂ ਰਸ਼ੀਆ ਤੇ ਅਮਰੀਕਾ ਇਕੱਠੇ ਸੀ ਵਰਲਡ ਵਾਰ 2 ਜਦੋਂ ਖਤਮ ਹੋਈ ਕੋਲਡ ਵਾਰ ਉਹਨੂੰ ਕਿਹਾ ਜਾਂਦਾ ਕੋਲਡ ਵਾਰ ਲੱਗ ਗਈ ਰਸ਼ੀਆ ਤੇ ਅਮਰੀਕਾ ਦੇ ਹੋੜ ਲੱਗ ਗਏ ਵੀ ਦੁਨੀਆ ਦੇ ਸਭ ਤੋਂ ਮਤਲਬ ਵੀ ਤਾਕਤਵਰ ਦੇਸ਼ ਅਸੀਂ ਆ ਤੇ ਅੱਜ ਦੇ ਦਿਨ ਹੀ 4 ਅਕਤੂਬਰ 1942 ਨੂੰ ਜਰਮਨ ਦੇ ਸਾਇੰਟਿਸਟਾਂ ਨੇ B2 ਰਾਕਟ ਦਾ ਪਰੀਖਣ ਕਰਤਾ ਸੀ ਤੇ ਉੱਚੋ ਬਾਅਦ ਚ ਇੱਕ ਆਪਰੇਸ਼ਨ ਪੇਪਰ ਕਲਿੱਪ ਚੱਲਿਆ ਤੇ ਰਸ਼ੀਆ ਤੇ ਅਮਰੀਕਾ ਵਾਲੇ ਜਰਮਨ ਦੇ ਸਾਇੰਟਿਸਟਾਂ ਨੂੰ ਚੱਕ ਕੇ ਲੈ ਗਏ ਆਪਣੇ ਆਪਣੇ ਦੇਸ਼ ਧੱਕੇ ਨਾਲ ਤੇ ਜਿਹੜਾ ਪਰਮਾਣੂ ਬੰਬ ਸਿੱਟਿਆ ਅਮਰੀਕਾ ਨੇ ਆ ਜਾਪਾਨ ਤੇ ਉਹ ਵੀ ਜਰਮਨ ਦੇ ਵਿਗਿਆਨੀਆਂ ਦਾ ਦਿਮਾਗ ਸੀ ਹਨ ਤੇ ਮਤਲਬ ਇਦਾਂ ਦੀਆਂ ਚੀਜ਼ਾਂ ਮਤਲਬ ਬਹੁਤ ਕੁਝ ਪਿਆ ਦੁਨੀਆਦਾਰੀ ਤੇ ਹਨਾ ਵੀ ਆਪਾਂ ਸ਼ੇਅਰ ਕਰਦੇ ਰਵਾਂਗੇ ਹਨਾ ਹੁਣ ਮੈਂ 30 ਦੇ 30 ਦਿਨ ਵੀਡੀਓ ਪਾਉਣਾ ਹਨਾ ਤੇ ਮਤਲਬ ਇਦਾਂ ਹੀ ਆਪਾਂ ਉਹ ਵੀ ਦੱਸਾਂਗੇ ਵੀ ਕਿਦਾਂ ਵੀ ਸਭ ਤੋਂ ਪਹਿਲਾਂ ਰਾਕਟ ਜਰਮਨ ਵਾਲਿਆਂ ਨੇ 42 ਚ ਬਣਾ ਲਿਆ ਸੀ ਤੇ ਉਹਨਾਂ ਨੂੰ ਫਿਰ ਰਸ਼ੀਆ ਤੇ ਅਮਰੀਕਾ ਵਾਲੇ ਧੱਕੇ ਨਾਲ ਕਿਦਾਂ ਚੱਕ ਕੇ ਲੈ ਗਏ ਵੀ ਆ ਜਾਓ ਬਈ ਇੱਧਰ ਤੁਹਾਨੂੰ ਤਾਂ ਰਾਕਟ ਬਣਾਉਣੇ ਆਉਂਦੇ ਹਨਾ ਉਹ ਵੀ ਸ਼ਾਇਦ ਅੱਜ ਦੇ ਦਿਨ ਹੀ 4 ਅਕਤੂਬਰ 1947 ਨੂੰ ਬੀ 2 ਰਾਕਟ ਕਿਹਾ ਜਾਂਦਾ ਉਹਦੇ ਬਾਰੇ ਹਨਾ ਕੱਲ ਮੈਂ ਪੜਦਾ ਪਿਆ ਸੀ ਤੇ ਅੱਜ ਹੀ ਸਿੱਖਾਂ ਤੇ ਜੀ ਸਪੁਤਨਿਕ 1 ਦੁਨੀਆ ਦਾ ਸਭ ਤੋਂ ਪਹਿਲਾ ਆਰਟੀਫੀਸ਼ੀਅਲ ਸੈਟਲਾਈਟ ਰਸ਼ੀਆ ਨੇ ਛੱਡਿਆ ਸੀ ਤੇ ਬਾਅਦ ਚ ਅਮਰੀਕਾ ਨੂੰ ਪੈ ਗਈ ਹੱਥ-ਪੈਰਾਂ ਦੀ ਵੀ ਰਸ਼ੀਆ ਦਾ ਬਹੁਤ ਤਰੱਕੀ ਕਰ ਗਿਆ 57 ਤੀ ਨਹੀਂ ਅੱਜ ਦੇ ਦਿਨ 4 ਅਕਤੂਬਰ ਨੂੰ ਛੱਡਤਾ ਤੇ ਬਾਅਦ ਚ ਅਮਰੀਕਾ ਕਹਿੰਦਾ ਆਪਾਂ ਕੀ ਕਰੀਏ ਕਹਿੰਦਾ ਕਰਨਾ ਕਰਾਉਣਾ ਕੀ ਆ ਇਦਾਂ ਕਹਿ ਦਿੰਦੇ ਨੇ ਆ ਚੰਨ ਤੇ ਕੋਈ ਗਿਆ ਨਹੀਂ ਚਲੋ ਜੀ ਅਮਰੀਕਾ ਚੰਨ ਤੇ ਚਲਾ ਗਿਆ ਤੇ ਉਹੀ ਜੁਲਾਈ 1969 ਕਹਿਤਾ ਜੀ ਅਮਰੀਕਾ ਚੰਨ ਤੇ ਚਲਾ ਗਿਆ ਤੇ ਉਹੀ ਸਾਨੂੰ ਪੜਾਈ ਜਾਂਦੇ ਆ ਹਰ ਇੱਕ ਦੀ ਆਪਣੀ ਸੋਚ ਹੋ ਸਕਦੀ ਆ ਮੇਰੀ ਤਾਂ ਸੋਚ ਇਹ ਕਹਿੰਦੀ ਅਮਰੀਕਾ ਚੰਨ ਤੇ ਨਹੀਂ ਗਿਆ ਕੋਈ ਵੀ ਨਹੀਂ ਗਿਆ ਅੱਜ ਤੱਕ ਮੂਨ ਤੇ ਤੇ ਹਾਂ ਚਲੋ ਜਿਹੜੇ ਕਹਿੰਦੇ ਹਾਂ ਬਈ ਗਿਆ ਆ ਹੈ ਮੰਨ ਲੈ ਨਹੀਂ ਮੈਨੂੰ ਕਈ ਸੁਣਨ ਵਾਲਿਆਂ ਦੀ ਵਿਚਾਰਤਾਂ ਵੀ ਗਈ ਚੰਨ ਤੇ ਬੰਦੇ ਗਏ ਆ ਮੇਰੇ ਭਰਾ ਇੱਕ ਗੱਲ ਦੱਸ ਦਿਓ 1969 ਤੋਂ ਲੈ ਕੇ ਹੁਣ ਤੱਕ 220 ਤੱਕ 50 ਸਾਲ ਹੋ ਗਏ ਹੁਣ ਤਾਂ ਤਕਨੀਕ ਵੀ ਬਾਲੀ ਵਧੀਆ ਆ ਚੰਨ ਵੀ ਉੱਥੇ ਹੀ ਆ ਚੰਨ ਕਿਹੜਾ ਗਾਂ ਸੂਰਜ ਕੋਲ ਚਲ ਗਿਆ ਆਪਣੇ ਮਤਲਬ ਹਨਾ ਪਤੀਸ ਕੋ ਦਦੀਸ ਕੋ ਚਲਾ ਗਿਆ ਉੱਥੇ ਹੀ ਆ ਹੁਣ ਕਹਦੇ ਨਹੀਂ ਜਾਂਦੇ ਹੁਣ ਜਾ ਕੇ ਦਿਖਾਉਣ ਤਾਂ ਫਿਰ ਤੇ ਬਾਕੀ ਇਦਾਂ ਜੀ ਚੰਨ ਤੇ ਕੋਈ ਨਹੀਂ ਗਿਆ ਤੇ ਇਹੀ ਚੱਕਰ ਸੀ ਰਸ਼ੀਆ ਹਰ ਇੱਕ ਮਾਮਲੇ 'ਚ ਰਸ਼ੀਆ ਨੇ ਦੁਨੀਆ ਦਾ ਸਭ ਤੋਂ ਪਹਿਲਾ ਬੰਦਾ ਵੀ ਜੂਰੀ ਗਗਰੀਨ ਭੇਜਤਾ ਸੀ ਸਪੇਸ ਤੇ ਹਨਾ ਤੇ ਅਮਰੀਕਾ ਨੂੰ ਸੀ ਆਪਾਂ ਕਰੀਏ ਇਦਾਂ ਦਾ ਕੀ ਜਿਹੜਾ ਵੀ ਰਸ਼ੀਆ ਨੂੰ ਹੱਥਾਂ ਪੈਰਾਂ ਦੀ ਪਵੇ ਬੱਸ ਫੇ ਅਮਰੀਕਾ ਨੇ ਝੂਠ ਹੀ ਕਹਿਤਾ ਜੀ ਆਪਾਂ ਚੰਨ ਤੇ ਚਲ ਗਏ ਆ ਰਸ਼ੀਆ ਚੰਨ ਤੇ ਨਹੀਂ ਗਿਆ ਇਹ ਸਾਫ ਸੀ ਦੇ ਕੋਲਡ ਵਾਰ ਚ ਬੜਾ ਕੁਝ ਹੋਇਆ ਹਨ ਤੇ ਦੱਸਾਂਗੇ ਫਿਰ ਤੇ ਅੱਜ ਦੇ ਦਿਨ 4 ਅਕਤੂਬਰ 1957 ਦੁਨੀਆ ਦਾ ਪਹਿਲਾ ਆਰਟੀਫੀਸ਼ੀਅਲ ਸੈਟੇਲਾਈਟ ਰਸ਼ੀਆ ਨੇ ਸਪੁਤਨਿਕ 1 ਛੱਡਿਆ ਸੀ ਤੇ ਅੱਗੇ ਆ ਜਾਓ ਯਾਰ ਗੱਲਾਂ ਬਾਹਲੀਆਂ ਘੈਂਟ ਆ ਹਨਾ ਮੈਨੂੰ ਆਪਣੇ ਆਪ ਨੂੰ ਵੀ ਬਲੂ ਕੰਡੇ ਮੇਰੇ ਖੜੇ ਹੋ ਜਾਂਦੇ ਇਦਾਂ ਦੀਆਂ ਗੱਲਾਂ ਜਦੋਂ ਸੁਣਦਾ ਹਨਾ ਤੇ ਮੈਨੂੰ ਮੇਰਾ ਇੰਟਰਸਟ ਹੈ ਨਾ ਚੀਜ਼ਾਂ 'ਚ ਤਾਂ ਮੈਨੂੰ ਵਧੀਆ ਲੱਗਦੀਆਂ ਲਈ ਇਹ ਗੱਲਾਂ ਮੈਂ ਹੋਰ ਐਡ ਕਰਨੀਆਂ ਸੀ ਹਨਾ ਦੀਨ ਦੁਨੀਆਦਾਰੀ 'ਚ ਕੀ ਹੁੰਦਾ ਜਾਂ ਹੋ ਰਿਹਾ ਪਰ ਹੁਣ ਜੂਪੀ ਦੇ ਰੇਪ ਵਾਲੀ ਰਜੀਵ ਗਾਂਧੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਰਮਜੀਤ ਸਿੰਘ ਜੀ ਸੁਨਾਮ ਨੇ ਤੇ ਕੱਲ ਮਹਾਤਮਾ ਗਾਂਧੀ ਵਾਲੀ ਤਿੰਨੇ ਹੀ ਵੀਡੀਓ ਲਗਭਗ ਮਿਲੀਅਨ ਦੇ ਕਰੀਬ 10-10 ਲੱਖ ਦੇ ਕਰੀਬ ਵਿਊ ਹੋ ਗਏ ਤਿੰਨਾਂ ਦੇ ਲਗਾਤਾਰ ਹਨਾ ਤਿੰਨ ਦਿਨ ਤੁਸੀਂ ਇੰਨਾ ਪਿਆਰ ਦਿੱਨੇ ਤੈਨ ਦਿਲੋਂ ਸ਼ੁਕਰੀਆ ਹਨਾ ਤੇ ਹੁਣ ਵੀ ਮੈਨੂੰ ਧਮਕੀਆਂ ਵੀ ਆਉਨੀਆਂ ਤੇਰਾ ਖਾਤਾ ਉਡਾ ਦੇਣਾ ਐਦਾਂ ਉਦਾਂ ਖਾਤਾ ਚਲੋ ਉਡਾ ਦੇਣ ਕੋਈ ਚੱਕਰ ਨਹੀਂ ਤੁਸੀਂ ਤਾਂ ਜਿੰਦੇ ਹੀ ਆ ਮੈਂ ਵੀ ਜੀਣਾ ਕੁਝ ਨਹੀਂ ਕਰਨਾ ਤੁਸੀਂ ਇੰਦੀ ਰੇਡੀਓ ਇੱਕ ਵਾਰੀ ਆਪਣੇ ਆ ਫੋਨਾਂ 'ਚ ਭਰ ਲਓ ਕਿਉਂਕਿ ਚਲੋ ਪੇਜ ਉੱਡ ਜੂ ਫੇਸਬੁੱਕ ਦਾ ਹਿੰਦੀ ਰੇਡੀਓ ਦਾ ਜਿੰਦਾਬਾਦ ਰਹੂਗਾ ਹੀ ਮੈਂ ਲਿੰਕ ਐ ਸੀ ਪੋਸਟ ਦੇ ਉੱਤੇ ਸਾਰੀਆਂ ਚੀਜ਼ਾਂ ਦੇ ਪਾ ਰਹੇ ਨੇ ਜੋ ਜੋ ਮੈਂ ਦੱਸਣੀ ਆ ਵੈਸੇ ਆਪਣੇ ਤੁਸੀਂ ਐਂਡਰੋਇਡ ਜਾਂ ਐਪਲ ਚ ਹਿੰਦੀ ਰੇਡੀਓ ਬਿਨਾ ਸਪੇਸ ਤੋਂ ਭਰਿਓ ਤੇ ਆ ਜਾਣਾ ਤਿੰਨ ਦੀ ਰੇਡੀਓ ਸਾਰੇ ਹੀ ਡਾਊਨਲੋਡ ਕਰ ਲਓ ਭਰਾ ਮੇਰੇ ਹਨਾ ਤੇ ਮਤਲਬ ਸਭ ਦੇ ਕੰਮ ਦੀਆਂ ਕਿਉਂਕਿ ਹੁਣ ਇੱਥੇ ਵੀਡੀਓ ਤੇ ਮੇਰੀ 5 ਕਿ ਮਿੰਟ ਦੀ ਹੁੰਦੀ ਗੱਲਾਂ ਥੋੜੀਆਂ ਕਿ ਆਉਂਦੀਆਂ ਰੇਡੀਓ ਤੇ 2-3 ਘੰਟੇ ਦੇ ਪ੍ਰੋਗਰਾਮ 'ਚ ਬਹੁਤ ਗੱਲਾਂ ਡਿਟੇਲ ਨਾਲ ਮੈਂ ਦੱਸਦਾ ਹੁੰਦਾ ਹਨਾ ਸੋ ਪੇਜ ਨੂੰ ਕਿਤੇ ਦਾ ਲਾਈਵ ਕਰਨਾ ਨਹੀਂ ਦਿੱਲੀ ਵਾਲਾ ਪ੍ਰੋਗਰਾਮ ਸੋ ਇੰਦੀ ਰੇਡੀਓ ਸਾਰੇ ਭਰਾ ਮੇਰੇ ਆ ਵੀਡੀਓ ਦੇਖਣ ਤੋਂ ਬਾਅਦ ਐਪਲ ਤੇ ਐਂਡਰੋਇਡ ਤੇ ਕਰ ਲਿਓ ਐਪਲ ਚ ਇੱਕ ਦਿੱਕਤ ਆ ਵੀ ਬੈਕਗ੍ਰਾਉਂਡ ਚ ਨਹੀਂ ਚੱਲਦਾ ਹਨਾ ਜਦੋਂ ਤੁਸੀਂ ਕੋਈ ਹੋਰ ਐਪ ਚਲਾਉਨੇ ਆ ਫਿਰ ਬੰਦ ਹੋ ਜਾਂਦਾ ਉਹ ਅੱਜ ਅੱਜ ਭਾਜੀ ਨੇ ਕਰ ਦੇਣੀ ਇੱਕ ਦੋ ਦਿਨ ਚ ਠੀਕ ਬਿਨਾ ਸਪੇਸ ਤੋਂ ਇੰਦੀ ਰੇਡੀਓ ਪਾ ਲਿਓ ਜੀ ਤੇ ਭਰੋ ਤੇ ਰਿਵਿਊ ਦਿੱਤੇ ਵੀਰਾਂ ਨੇ 5 ਸਟਾਰ ਬਿਨਾ ਕਹੇ ਤੇ तहे ਦਿਲੋਂ ਸ਼ੁਕਰੀਆ ਸਭ ਭਰਾਵਾਂ ਦਾ ਹਨਾ ਤੇ ਅੱਗੇ ਦਿਖਾਉਨੇ ਆ ਆਪਣੇ ਰੇਡੀਓ ਨੂੰ ਖਰਚਾ ਵੀ ਬੜਾ ਹੋ ਗਿਆ ਤੇ ਗਾਂ ਵੀ ਹੋ ਰਹੀ ਆ ਫਾਈਨੈਂਸ਼ਲੀ ਜੇ ਤੁਸੀਂ ਕੋਈ ਮਦਦ ਕਰ ਸਕਦੇ ਆ hindireadio.ca ਤੇ ਇੱਲੀ ਸਪੈਸ਼ਲ ਲੌਗ ਵੀ ਲਵਾਇਆ ਆਪਾਂ ਰੇਡੀਓ ਦੀ ਵੈਬਸਾਈਟ ਤੇ ਹਨਾ ਐਚਟੀ ਤੁਹਾਨੂੰ ਉਹ ਵੀ ਕੰਮ ਦੀ ਗੱਲ ਦੱਸ ਦਿਨਾ ਐਚਟੀਟੀਪੀ ਐਸ ਜਿਹੜੀ ਵੈਬਸਾਈਟ ਤੇ ਐਸ ਲਿਖਿਆ ਆਉਂਦਾ ਉਹ ਸਿਕਿਉਰ ਹੁੰਦੀ ਆ ਜਾਂ ਜਿਹਦੇ ਤੇ ਲੌਕ ਆਉਂਦਾ ਜਿਨ੍ਹਾਂ ਤੇ ਨਹੀਂ ਲੋਕ ਜਾਂ ਕੁਝ ਆਉਂਦਾ ਉਹ ਸਿਕਿਉਰ ਨਹੀਂ ਤੁਹਾਡਾ ਡਾਟਾ ਤੁਹਾਡਾ ਕੁਝ ਵੀ ਚੋਰੀ ਹੋ ਸਕਦਾ ਇਹਦੇ ਵੀ ਵੱਖਰੇ ਪੈਸੇ ਦਈਦੇ ਆ ਵੀ ਜਦੋਂ ਤੁਸੀਂ ਆਉਣਾ ਤੁਹਾਡਾ ਡਾਟਾ ਸਿਕਿਉਰ ਹੋਵੇ ਲੌਕ ਲੱਗਾ hindiradio.ca ਤੇ ਜਾਂਦੇ ਆ ਇਹਨੂੰ ਪਹਿਲਾਂ ਹੀ ਆਪਸ਼ਨ ਆਉਂਦਾ ਕਲਿੱਕ ਹੇਅਰ ਟੂ ਡੋਨੇਟ ਮਤਲਬ ਦੇਖਦੇ ਤਾਂ ਸਾਰੇ ਹੀ ਆ ਹਨਾ ਮਤਲਬ ਜਿਹੜਾ ਕਰ ਸਕਦਾ ਆ ਜਿੰਨੀ ਵੀ ਸ਼ਰਧਾ 5 ਡਾਲਰ 10 ਡਾਲਰ 2 ਡਾਲਰ 100 ਡਾਲਰ ਹਨਾ ਫਿਰ ੱੱਕਾ ਕੋਈ ਨਹੀਂ ਜਿਹਨੂੰ ਲੱਗਦਾ ਹਾਂ ਭਾਈ ਬਈ ਦਾ ਮਤਲਬ ਵਧੀਆ ਲੱਗਦੀਆਂ ਗੱਲਾਂ ਸਾਨੂੰ ਕੁਝ ਵੱਖਰੀਆਂ ਤੇ ਆਪਾਂ ਇਹਦੀ ਮਦਦ ਕਰਨਾ ਚਾਹੁੰਨੇ ਕਿਸੇ ਵੀ ਦੇਸ਼ ਤੋਂ ਤੇ ਤੁਹਾਡਾ ਬਸ ਕਾਰਡ ਚਾਹੀਦਾ ਭਵੇਂ ਡਲਰ ਹੀ ਕਰਦੇ ਹੋ ਜਿੰਨੇ ਵੀ ਹਨਾ ਕਰ ਸਕਦੇ ਆ ਕੋਈ ੱੱਕਾ ਕੋਈ ਨਹੀਂ ਨਹੀਂ ਵੀ ਕਰਨ ਤਾਂ ਵੀ ਕੋਈ ਨਹੀਂ ਹਨਾ ਤੇ ਆਪਾਂ ਐਡਾ ਆਪਾਂ ਬਾਬਿਆਂ ਦੀ ਐਡ ਨਹੀਂ ਲੈਣੀ ਪਖੰਡੀਆਂ ਦੀ ਆਪਾਂ ਯੰਟਾਂ ਦੀ ਨਹੀਂ ਲੈਣੀ ਜਿਹੜੇ ਕਹਿੰਦੇ 5 ਲੱਖ ਚ ਕੈਨੇਡਾ 7 ਲੱਖ ਚ ਹਨਾ ਤੇ ਤੁਸੀਂ ਜੇ ਮਦਦ ਕਰ ਸਕਦੇ ਕਰਦੇ ਹੋ ਕਿਉਂਕਿ ਫਾਈਨੈਂਸ਼ਲੀ ਲੋੜਾਂ ਨਾਲ ਹੀ ਹਰ ਕੋਈ ਹਰ ਅਦਾਰਾ ਚੱਲਦਾ ਹੁੰਦਾ ਹਨਾ ਤੇ ਬਾਕੀ ਮਰਜੀ ਤੁਹਾਡੀ ਆ ਹਿੰਦੀ ਰੇਡੀਓ .ca ਪਰੋਂਗੇ ਤੇ ਆਪਸ਼ਨ ਆ ਜਾਣਾ ਕਲਿੱਕ ਹੇਅਰ ਟੂ ਡੋਨੇਟ ਦਾ ਤੇ ਕਰ ਸਕਦੇ ਆ ਜੇ ਨਹੀਂ ਵੀ ਕਰਨਾ ਉਹ ਕੋਈ ਚੱਕਰ ਨਹੀਂ ਹੈ ਨਾ ਵੈਸੇ ਕਰ ਦਿਓ ਪਹਿਲਾਂ ਹੀ ਇੰਦੀ ਰੇਡੀਓ ਪੇਜ ਆ ਇੱਕ ਉਹ ਸਾਰੇ ਲਾਈਕ ਕਰ ਲਓ ਇਹ ਵਾਲਾ ਖਾਤਾ ਜੀ ਚ ਹੁਣ ਮਿਲੀਅਨ ਦੇ ਕਰੀਬ ਫੋਲੋਅਰ ਹੋ ਚੁੱਕੇ ਆ ਮਿਲੀਅਨ ਹੋ ਹੀ ਗਿਆ ਆਲਮੋਸਟ ਇਹ ਕਦੀ ਵੀ ਚੁਗਾ ਸਕਦੇ ਆ ਹੁਣ ਸਿੱਧਾ ਤਾਂ ਸਰਕਾਰਾਂ ਨਾਲ ਪੰਗੇ ਆ ਹਨਾ ਵੀ ਦੱਸੀ ਦਾ ਵੀ ਮੋਦੀ ਨੂੰ ਤਾਂ ਅੰਗਰੇਜ਼ੀ ਆਲੂ ਵਾਲੀਆ ਪੰਜਾਬੀ ਕੁੜੀ ਸਿਖਾਉਂਦੀ ਆ ਵਿਚਾਰੇ ਨੂੰ ਅੰਗਰੇਜ਼ੀ ਵੀ ਨਹੀਂ ਆਉਂਦੀ ਹਨਾ ਗਾਂਧੀ ਦਾ ਪਾਰਟ 2 ਵੀ ਤਿਆਰ ਹੋ ਗਿਆ ਆ ਸੋ ਕੁਝ ਵੀ ਕਰ ਸਕਦੇ ਆ ਪਰ ਉਸ ਤੋਂ ਪਹਿਲਾਂ ਆਪਾਂ 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 ਆ ਹਿੰਦੀ ਜਸਵਾਲ ਦੇ ਨਾਂ ਤੇ ਫੇਸਬੁੱਕ ਦੇ ਬਹੁਤ ਜ਼ਿਆਦਾ ਜਾਲੀ ਪੇਜ ਆ ਸੋ ਹਿੰਦੀ ਜਸਵਾਲ ਤੇ ਸਪੋਰਟਰ ਦਾ ਆਪਸ਼ਨ ਨਹੀਂ ਆਉਂਦਾ ਕਿਸੇ ਕਲਾਕਾਰ ਨੇ ਸਾਡੀ ਰੋਟੀ ਤੇ ਲੱਤ ਮਾਰੀ ਉਹ ਸਾਰੀ ਉਮਰ ਲਈ ਤੇ ਇਸ ਲਈ ਤੇ ਹਿੰਦੀ ਰੇਡੀਓ ਤੇ ਤੁਸੀਂ ਕਰ ਸਕਦੇ ਆ ਤੇ ਵੀ ਭਾਈ ਬਹੁਤ ਨਕਲੀ ਆਪਣੇ ਨਾਂ ਤੇ ਤੇ ਅਸਲੀ ਇੱਕੋ ਹੀ ਆ 29000 ਫੋਲੋਅਰ ਹੋ ਗਏ ਜਿਹਦੇ 2928.6 29000 ਫੋਲੋਅਰ ਤੇ 68 ਪੋਸਟਾਂ ਦੀਆਂ ਉਹਨੂੰ ਹੀ ਕਰਿਓ ਜੀ ਤੇ ਬਾਕੀ ਸਾਰੇ ਨਕਲੀ ਆ ਹਿੰਦੀ ਜਸਵਾਲ ਅਫੀਸ਼ੀਅਲ ਤੇ ਇਹ ਵੀ ਕਰ ਲਿਓ ਹਨਾ ਸਾਰੇ ਪਾਸੇ ਅੱਜ ਆਪਾਂ ਦੱਸ ਦੇਣਾ ਕਿੱਥੇ ਕਿੱਥੇ ਹੈਗੇ ਆ 1,25,000 ਸਬਸਕ੍ਰਾਈਬਰ ਹੋ ਗਿਆ ਉਹ ਵੀ ਕਰ ਲਿਓ ਤੇ ਪੋਸਟ 'ਚ ਜਿੱਦਾਂ ਵੀ ਮੈਂ ਟ੍ਰੇਨ ਦਾ ਦੱਸਿਆ ਸੈਟਲਾਈਟ ਦਾ ਦੱਸਿਆ ਹੋਰ ਬਹੁਤ ਚੀਜ਼ਾਂ ਦੱਸਣੀਆਂ ਸੀ ਪਰ ਮੈਂ ਗਿਆ ਪਹਿਲਾਂ ਆਪਣਾ ਆਪ ਸਿਕਿਉਰ ਕਰ ਲਈਏ ਹਨਾ ਹੁਣ ਸਾਰੇ ਤੁਸੀਂ ਦੇਖਦੇ ਆ ਪਤਾ ਨਹੀਂ ਕਦੋਂ ਖਾਤਾ ੜਾ ਦੇਣ ਇਸ ਲਈ ਅੱਜ ਦੇ ਦਿਨ ਮੈਂ ਆਪਣੇ ਆਪ ਨੂੰ ਸਮਰਪਿਤ ਕੀਤੀ ਵੀਡੀਓ ਆਪਣੇ ਆਪ ਨੂੰ ਕਾਦੀ ਭਰਾਵੋ ਤੁਹਾਨੂੰ ਹੀ ਆ ਤੇ ਦੋ ਘੰਟਿਆਂ ਤੱਕ ਚੱਲੇ ਆ ਰੈਲੀ ਤੇ ਸਰੀਚ ਕਿਸਾਨਾਂ ਦੇ ਹੱਕ ਚ ਉਹ ਲਾਈਵ ਕਰਾਂਗੇ ਤੇ ਸੌ ਨਾ ਜਾਇਓ ਚਲੋ ਸੌ ਵੀ ਜਾਇਓ ਸਵੇਰ ਨੂੰ ਉੱਠ ਕੇ ਦੇਖ ਲਿਓ ਹਿੰਦੀ ਚ ਸਵਾਲ ਲਾਈਵ ਕਰਨੀ ਰੈਲੀ ਇੱਥੇ ਸਰੀਚ ਤੇ ਹਿੰਦੀ ਚ ਸਵਾਲ YouTube ਅੱਗੇ ਤੇ ਭਨ ਭਾਰਤ ਚ ਕਿਹੜੀਆਂ ਸਭ ਤੋਂ ਲੰਬੀ ਦੂਰੀ ਦੀਆਂ ਤੇ ਸਮੇਂ ਵਾਲੀਆਂ ਟ੍ਰੇਨਾਂ ਉਹਦੇ ਦੱਸਾਂਗੇ ਕਿ ਵਿਵੇਕ ਐਕਸਪ੍ਰੈਸ ਕਿੰਦਾ ਇਤੋਂ ਜ਼ਿਆਦਾ ਟਾਈਮ ਤੇ ਦੂਰੀ ਤੈਅ ਕਰਦੀ ਆ ਇੱਧਰ ਨੂੰ ਜ਼ਿਆਦਾ ਦੂਰੀ ਬਣਦੀ ਆ ਪਰ ਇਧਰੋਂ ਕਿੱਦਾਂ ਬਣ ਗਈ ਜ਼ਿਆਦਾ ਦੂਰੀ ਤੇ ਸਮਾਂ ਦੱਸਾਂਗੇ ਜੀ ਤੇ ਆਹ ਵੀਡੀਓ ਹੁਣ ਸਾਰੇ ਹੀ ਸ਼ੇਅਰ ਕਰ ਦੋ ਫਿਰ ਕਿੰਨਾ ਜਦੋਂ ਕਿਸੇ ਰਿਸ਼ਤੇਦਾਰ ਦੇ ਘਰ ਜਾਣਾ ਮਠਾਈ ਦਾ ਸਾਰੇ ਹੀ ਲੈ ਜਾਂਦੇ ਉਹਨਾਂ ਦਾ ਫੋਨ ਫੜ ਕੇ ਹਿੰਦੀ ਚ ਸਵਾਲ ਲਾਈਕ ਕਰਾ ਦਿਓ ਉਹਨਾਂ ਦੇ ਫੋਨ 'ਚ ਭਾਵੇਂ ਬਿਨਾਂ ਦੱਸੇ ਤੇ ਮਤਲਬ ਤੁਹਾਨੂੰ ਵੀ ਮਤਲਬ ਭਈ ਸ਼ੁਕਰੀਆ ਹੀ ਕਰੂਗੇ ਤੁਹਾਡਾ ਉਹ ਵੀ ਕਿਉਂਕਿ ਵੀਡੀਓ ਮੈਂ ਮੁੱਖ ਟਾਰਗੇਟ ਨਿਆਣਿਆਂ ਨੂੰ ਰੱਖ ਕੇ ਜੋ ਮੈਂ ਫਿਊਚਰ ਵੀਡੀਓ ਕਰਨੀਆਂ ਹਨ ਭੀ ਜਿਹੜੀਆਂ ਉਹਨਾਂ ਦੇ ਕੰਮ ਆਉਣੀਆਂ ਤੇ ਸੱਚ ਇੱਕ ਹੋਰ ਸੀ ਕੱਲ ਨੂੰ ਦੱਸੂਗਾ ਕਿ ਇੰਡੀਆ ਤੇ ਅਮਰੀਕਾ 'ਚ ਇੱਕ ਸਮਝੌਤਾ ਹੋਇਆ ਆ ਉਹ ਸਮਝੌਤੇ ਦੇ ਅਨੁਸਾਰ ਪਰਸੋਂ ਅਮਰੀਕਾ ਵਾਲਿਆਂ ਨੇ ਇੰਡੀਆ ਦੇ ਅੰਡੋਮਾਨ ਨਿਕੋਬਰ 'ਚ ਆਪਣਾ ਪਲੇਨ ਉਤਾਰ ਕੇ ਤੇਲ ਭਰਿਆ ਹਨਾ ਤੇ ਮਤਲਬ ਪਈ ਇਦਾਂ ਦਾ ਇੱਕ ਅਮਰੀਕਾ ਨਾਲ ਸਮਝੌਤਾ ਹੋਇਆ ਉਹਦਾ ਫਾਇਦਾ ਅਮਰੀਕਾ ਨੇ ਪਰਸੋਂ ਚੱਕਿਆ ਇੰਡੋਮਾਨ ਨਿਕੋਵਾਰ ਤੇ ਅਮਰੀਕਾ ਦਾ ਪਲੇਨ ਉਤਰਿਆ ਫਾਈਟਰ ਪਲੇਨ ਸੀ ਕੋਈ ਇਦਾਂ ਲਾ ਲਓ ਤੇ ਉਹ ਚੋਂ ਨੇ ਆਪਣਾ ਤੇਲ ਭਰਿਆ ਨਹੀਂ ਬਿਨਾ ਕਿਸੇ ਦੀ ਇਜਾਜ਼ਤ ਤੋਂ ਤੁਸੀਂ ਕਿਸੇ ਦੇਸ਼ ਚ ਪਲੇਨ ਤਾਰ ਕੇ ਤੇਲ ਨਹੀਂ ਭਰ ਸਕਦੇ ਇੰਡੀਆ ਤੇ ਅਮਰੀਕਾ ਦਾ ਇਹ ਸਮਝੌਤਾ ਕੀ ਆ ਕੀ ਨਾ ਆ ਇਹਦੇ ਬਾਰੇ ਵੀ ਦੱਸਾਂਗੇ ਤੇ ਅਮੀਰਾਤ 에ਅਰਲਾਈਨ ਨੂੰ 4 ਲੱਖ ਡਾਲਰ ਤੋਂ ਜ਼ਿਆਦਾ ਦਾ ਜੁਰਮਾਨਾ ਅਮਰੀਕਾ ਨੇ ਕੀਤਾ ਈਰਾਨ ਦੇ ਉੱਤੋਂ ਨਹੀਂ ਆਪਣਾ ਪਲੇਨ ਨੰਘਾਇਆ ਸੀ ਤੇ ਕੱਲ ਨੂੰ ਦੱਸਾਂਗੇ ਇਹਦੇ ਬਾਰੇ ਤੇ ਅੱਜ ਤਾਂ ਆਪਣੇ ਬਾਰੇ ਹੀ ਦੱਸਿਆ ਵੀ ਆਪਣੇ ਇੱਥੇ-ਇੱਥੇ ਖਾਤੇ ਆ ਆਹ ਵਾਲਾ ਖਾਤੇ ਲਈ ਧਮਕੀਆਂ ਬਹੁ ਮਿਲਦੀਆਂ ਤੇ ਤੁਹਾਨੂੰ ਵੀ ਪਤਾ ਪਹੁੰਚ ਸਰਕਾਰੀ ਐ ਸਰਕਾਰਾਂ ਨਾਲ ਸਿੱਧਾ ਮੱਥਾ ਲੈ ਲਿਆ ਹਨਾ ਕੋਈ ਚੱਕਰ ਨਹੀਂ ਤੁਹਾਡਾ ਸਾਥ ਚਾਹੀਦਾ ਉੜ ਗਿਆ ਕੋਈ ਨਹੀਂ ਹਿੰਦੀ ਜਿਹਾ ਸਵਾਲ ਫੇਰ ਭਰ ਲਿਓ ਜਿਹੜਾ ਬੰਦਾ ਦਿਲਾਂ 'ਚ ਬਸ ਗਿਆ ਉਹਨੂੰ ਕਿੱਥੋਂ-ਇੱਥੋਂ ਉਡਾ ਲੂਗੇ ਕਿ ਨਹੀਂ ਮਿਲਦੇ ਆ ਫੇਰ 2 ਘੰਟਿਆਂ ਦਾ ਹੀ ਰੈਲੀ ਤੇ ਲਾਈਵ ਕਰਦਾ ਤੇ ਮਿਲਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ سپورਟ ਫਾਈਨੈਂਸ਼ੀਅਲੀ ਜਿਹੜੇ ਕਰ ਸਕਦੇ ਆ ਜੀ ਕਰ ਦੋ ਕਿਉਂਕਿ ਹੁਣ ਫੁੱਲ ਟਾਈਮ ਕੰਮ ਮੇਰਾ ਇੱਧਰ ਹੀ ਆ ਗਿਆ ਰੇਡੀਓ ਦਾ ਹੀ ਤੇ ਉਧਰੋਂ ਕੰਮ ਛੱਡਤਾ ਆ ਰਿਸਕ ਬਹੁਤ ਤਕੜਾ ਲੈ ਲਿਆ ਆ ਦੇਖਾਂ ਕੀ ਬਣਦਾ ਤੇ ਐਡਾਂ ਜਿਹੜੇ ਦੇ ਸਕਦੇ ਆ ਤੇ ਸ਼ਾਹੀ ਕੇਟਰਿੰਗ ਦੀਆਂ ਪਿੰਨੀਆਂ ਦੇਸੀ ਘੇਣਾ ਰਿੰਨੀਆਂ ਕੁਲਵਿੰਦਰ ਪੂਨੀ ਸਾਭਜੀ ਦੀ ਉਹਨਾਂ ਦੀ ਦੀ ਐਡ ਕਰਾਂਗੇ ਤੇ ਵੱਡਾ ਟਰਕਿੰਗ ਬਲਬੀਰ ਵੱਡਾ ਭਾਜੀ ਦਾ ਥੈਂਕ ਯੂ ਤੇ ਪੰਨੂ ਭਾਜੀ ਰੀਅਲਟਰ ਮਤਲਬ ਇਹਨਾਂ ਨੇ ਸਾਹ ਦਿੱਤਾ ਜੇ ਤੇ ਬਾਕੀ ਲਾਲੀ ਭਾਜੀ ਕਵੈਤ ਤੋਂ ਗ੍ਰੀਨ ਸਪ੍ਰਿੰਗ ਵਾਲੇ ਦੋਹਾਂ ਭਰਾਵਾਂ ਤੇ ਮਿਹਰ ਭਰਿਆ ਹੱਥ ਉਹਨਾਂ ਦਾ ਸ਼ੁਰੂ ਤੋਂ ਹੀ ਆ ਤੇ ਮਤਲਬ ਇੱਥੇ ਮਤਲਬ ਜੀ ਤੇ ਮਿਲਦੇ ਆ ਫਿਰ ਕੱਲ ਨੂੰ ਨਵੀਂ ਵੀਡੀਓ ਨਾਲ 43 ਤੇ ਸੱਚ 2 ਘੰਟੇ ਤਾਈ ਲਾਈਵ ਸਰੀ ਦੀ ਰੈਲੀ ਕਿਸਾਨਾਂ ਦੇ ਹੱਕ ਚ ਹੱਸਦੇ ਰਹੋ ਬਸਦੇ ਰਹੋ ਤੁਹਾਡਾ ਆਪਣਾ ਹਿੰਦੀ ਜਸਵਾਲ ਪਿੰਡ ਨਰੂਡ ਤਹਿਸੀਲ ਫੁਵਾੜਾ ਜ਼ਿਲ੍ਹਾ ਕਬੂਥਲਾ ਪਿੰਨ ਕੋਡ 144305 ਦੇ ਪਾਰਟ 2 ਚ ਗਾਂਧੀ ਦੇ ਸਿਰ ਤੇ ਕੱਢਾਂਗੇ ਹੋਰ ਗਾਂਝਾ ਦਿਓ